ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਮੇਰਾ ਨਾਮ ਵਿਜੇ ਕੁਮਾਰ, ਹਾਲਗੜ ਦਾ ਇਲਾਕਾ ਜੀ, ਬਾਰਬਲਾ। ਇਸ ਇਲਾਕੇ ਵਿੱਚ ਚੋਰੀਆਂ ਬੜੀਆਂ ਹੁੰਦੀਆਂ ਜੀ। ਰਾਤੀ ਦੋ ਪੁਲਿਸ ਵਾਲੇ ਕੁੱਟ ਦਿੱਤੇ ਆ, ਜਿੰਨਾ ਕਿ ਪੁਲਿਸ ਨੂੰ ਚਾਹੀਦਾ ਇੱਥੇ ਆਪਣਾ ਕੋਈ ਨਾ ਕੋਈ ਰੱਖਣ, ਸਖਤੀ ਰੱਖਣ। ਮੇਰਾ ਨਾਮ ਵਿਜੇ ਕੁਮਾਰ, ਹਾਲਗੜ ਦਾ ਇਲਾਕਾ ਜੀ, ਬਾਰਬਲਾ। ਇਸ ਇਲਾਕੇ ਵਿੱਚ ਚੋਰੀਆਂ ਬੜੀਆਂ ਹੁੰਦੀਆਂ ਜੀ। ਰਾਤੀ ਦੋ ਪੁਲਿਸ ਵਾਲੇ ਕੁੱਟ ਦਿੱਤੇ ਆ, ਜਿੰਨਾ ਕਿ ਪੁਲਿਸ ਨੂੰ ਚਾਹੀਦਾ ਇੱਥੇ ਆਪਣਾ ਕੋਈ ਨਾ ਕੋਈ ਰੱਖਣ, ਸਖਤੀ ਰੱਖਣ। ਇੱਥੇ ਫਰੂਟ ਵਾਲੇ ਦੀ ਦੁਕਾਨ ਆ, ਉੱਥੋਂ ਵੀ ਫਰੂਟ ਕੱਢ ਕੇ ਲੈ ਗਏ ਨੇ। ਇੱਥੇ ਕੋਈ ਹੈ ਨਹੀਂ, ਕੋਈ ਨਾ ਪੁਲਿਸ ਦਾ ਪਹਿਰਾ ਜੀ, ਨਾ ਕੁਛ ਹੈ ਜੀ। ਪੁਲਿਸ ਨੂੰ ਚਾਹੀਦਾ ਜੀ ਇੱਥੇ ਕੋਈ ਨਾ ਕੋਈ ਆਪਣੇ ਬੰਦੇ ਛੱਡੇ ਜਾਣ, ਚਾਰ ਵਜੇ ਕੋਈ ਕੈਮਰੇ ਲੱਗੇ ਜਾਣ, ਅਤੇ ਕੈਮਰੇ ਵੀ ਲਗਾਏ ਜਾਣ। ਵਾਰਦਾਤ ਬੜੀ ਮਾੜੀ ਗੱਲ ਹੈ ਜੀ ਇਲਾਕੇ ਦੇ ਵਿੱਚ, ਵਾਰਦਾਤ ਹੋਣੀ। ਵਗਦਾ ਬਾਜ਼ਾਰ ਹੈ, ਅਤੇ ਜਦਕਿ ਪੁਲਿਸ ਨੂੰ ਚਾਹੀਦਾ ਆਪਣਾ ਕੋਈ ਨਾ ਕੋਈ ਇੱਥੇ ਸਿਕਿਉਰਿਟੀ। ਭੰਡਾਰੀ ਪੁਲ ਹੈ ਮੇਨ ਇਲਾਕਾ ਜੀ, ਮੇਨ ਚੌਂਕ ਹੈ ਅਤੇ ਸਾਰਾ ਲੰਘਾ ਇਹੋ ਹੀ ਪੁਲ 'ਤੇ ਹੈਗਾ ਜੀ। ਪੁਲਿਸ ਨੂੰ ਚਾਹੀਦਾ ਕਿ ਇੱਥੇ ਆਪਣਾ ਕੋਈ ਨਾ ਕੋਈ ਇੱਥੇ ਕਾਰਵਾਈ, ਜਦਕਿ ਪੁਲਿਸ ਦਾ 24 ਘੰਟੇ 'ਤੇ ਪਹਿਰਾ ਹੋਣਾ ਚਾਹੀਦਾ, ਜਦਕਿ ਹੈਗਾ ਨਹੀਂ ਹੈ। ਮੇਰਾ ਨਾਮ ਆਸ਼ੂ ਸਨਵ ਧਰਮਾ, ਫਰੂਟ ਸ਼ਾਪ ਮੌਕਾ ਜਿਹੜਾ ਜਨਾਬ। ਰਾਤੀ ਆਪਾਂ ਇੱਥੋਂ 12 ਵਜੇ ਦੁਕਾਨ ਬੰਦ ਕਰਕੇ ਗਏ, ਉਹਨੂੰ ਬਾਅਦ ਜਦੋਂ ਆਪਾਂ ਗਏ ਹਾਂ ਅਤੇ ਇੱਥੇ PCR ਵਾਲਿਆਂ ਦੀ ਡਿਊਟੀ ਹੁੰਦੀ ਆ, PCR ਡਿਊਟੀ ਵਾਲੇ ਇੱਧਰ ਬੈਠੇ ਸੀ, ਅਤੇ ਨੋਵਾ ਗੱਡੀ, ਸਿਲਵਰ ਰੰਗ ਦੀ ਗੱਡੀ, PB00009 ਨੰਬਰ ਸੀ ਗੱਡੀ ਦਾ। ਉਹ ਥੱਲੇ ਉਤਰੇ ਆ 6-7 ਮੁੰਡੇ, ਉਹਨਾਂ ਨੇ ਸਮਾਨ ਸਮੂਨ ਅੰਦਰੋਂ ਪਾਇਆ, ਰੈੱਡ ਬੁੱਲ ਦੇ ਕੈਨ, ਜੂਸਰ ਦੀ ਮਸ਼ੀਨ, ਅਤੇ ਸ਼ਰਧਾ ਕੱਢਣ ਵਾਲੇ ਮੁਲਾਜ਼ਮ ਪੁਲਿਸ ਵਾਲਿਆਂ ਨੇ ਦੇਖਿਆ, ਉਹਨਾਂ ਨੇ ਆਪਣੀ ਹਿੰਮਤ ਪੂਰੀ ਲਈ, ਆਪਣਾ ਵਾਹ ਪੂਰਾ ਲਾਇਆ, ਅਤੇ ਉਹਨਾਂ ਦੇ ਹੱਥੋਂ ਪਾਈ ਹੋ ਪਏ ਆ, ਜਿਸ ਕਾਰਨ ਇੱਕ ਮੁਲਾਜ਼ਮ ਦੇ ਦੁਕਾਨ ਉਸ ਵੇਲੇ ਬੰਦ ਸੀ। ਬੰਦ ਦੁਕਾਨ ਦੇ ਵਿੱਚੋਂ ਸਮਾਨ ਕੱਢਿਆ, ਅਤੇ ਉਸ ਮੁਲਾਜ਼ਮ ਦੇ ਹੱਥ ਦੇ ਉੱਤੇ ਵੀ ਸੱਟ ਲੱਗੀ ਆ। ਉਹਨੇ ਆਪਣਾ ਪੂਰਾ ਜ਼ੋਰ ਲਿਖਾਇਆ ਕਿੰਨੀ ਆਪਣੇ ਪੂਰੀ ਤਾਕਤ ਲਾਈ ਉਹਨੇ ਛਡਾਉਣ ਦੀ, ਅਤੇ ਇਸ ਕਰਕੇ ਉਹ ਭੱਜ ਗਏ ਬਾਅਦ ਚੋਂ। ਕਿੰਨਾ ਕੁ ਸਮਾਨ ਜਿਹੜਾ ਸਮਾਨ ਉਹ ਲੈ ਗਏ, ਕੋਈ 40-45 ਹਜ਼ਾਰ ਰੁਪਏ ਦਾ ਸਮਾਨ ਲੈ ਗਏ ਨੇ, ਅਤੇ 6 ਬੰਦੇ ਸੀ ਉਹ ਨੋਵਾਂ ਕਾਰ ਦੇ ਵਿੱਚ, ਅਤੇ ਨਾਲ ਇੱਕ ਸੁਜਾਤਾ ਦਾ ਜੂਸਰ ਹੈਗਾ ਸੀ, ਇੱਕ ਕਲਸੀ ਦਾ ਸੀ, ਉਹ ਵਾਲਾ ਚੁੱਕ ਕੇ ਲੈ ਕੇ ਗਏ, ਨਾ ਰੈੱਡ ਬੁੱਲ ਦੇ ਕੈਨ ਸੀ। ਪੁਲਿਸ ਵਾਲਿਆਂ ਨੂੰ ਆਪਾਂ ਇਤਲਾਹ ਦਿੱਤੀ ਹੈ, ਇਸ ਬਾਰੇ ਕਹਿੰਦੇ ਆਪਾਂ ਕਾਰਵਾਈ ਕਰਾਂਗੇ, ਪਰ ਜਿਹੜਾ ਗੱਡੀ ਦਾ ਮਾਲਕ ਹੈਗਾ, ਗੱਡੀ ਦੇ ਨੰਬਰ ਦੇ ਵਿੱਚੋਂ ਸਭ ਕੁਛ ਪਤਾ ਲੱਗ ਸਕਦਾ, ਇਹਦੀ ਕਾਰਵਾਈ ਕੀਤੀ ਹੈ, ਬੜੀ ਮਿਹਰਬਾਨੀ ਤੁਹਾਡੀ। ਇਹ ਵੀਡੀਓ ਤੁਹਾਡੀ ਸਾਹਮਣੇ ਕੈਮਰਾ ਲੱਗਾ, ਉਹਦੇ ਵਿੱਚ ਗੱਡੀ ਦਾ ਨਾਮ ਪਤਾ ਸਭ ਕੁਛ, ਐਡਰੈਸ ਉਹਦੇ ਵਿੱਚ ਨੋਟ ਆ। ਪ੍ਰਸ਼ਾਸਨ ਦੇ ਵਿੱਚੋਂ ਆਪਾਂ ਇਹੀ ਮੰਗ ਕਰਦੇ ਕਿ ਇੱਧਰ ਖੋ ਬਜ਼ਾਰੀ ਦੇ ਵਿੱਚੋਂ ਜਿੱਦਾਂ ਰਾਤੀ ਇੱਥੇ ਲੁੱਟ ਹੋ ਗਈ ਹੈ, ਦਿਨ ਦਿਹਾੜੇ ਕੀ, ਮਤਲਬ ਕਿ ਰਾਤ ਨੂੰ ਇੱਕ ਆਮ ਬੰਦਾ ਕੋਈ ਜਾ ਰਿਹਾ ਉਹਦੀ ਖੋ ਕਰਕੇ ਲੈ ਗਏ ਆ, ਕਿਸੇ ਲਈ ਕੋਈ 50 ਲੱਖ ਦੀ ਖੋ ਹੋ ਜਾਂਦੀ ਹੈ, ਕੋਈ ਸੋਨਾ ਲੈ ਕੇ ਜਾ ਰਿਹਾ ਉਹਦੀ ਖੋ ਹੋ ਜਾਂਦੀ ਹੈ। ਇਹੀ ਬੇਨਤੀ ਕੀਤੀ ਜਾਂਦੀ ਹੈ ਕਿ ਪ੍ਰਸ਼ਾਸਨ ਵੱਲ ਧਿਆਨ ਦਿਓ, ਕਿ ਜਿਸ ਤਰ੍ਹਾਂ ਪਬਲਿਕ ਨੂੰ ਵੀ ਠੰਡਾ ਪੰਨਾ ਆਪਣੇ ਤਰੀਕੇ ਨਾਲ ਰਹਿ ਸਕੇ, ਬੜੀ ਮਿਹਰਬਾਨੀ। ਰਾਤ ਨੂੰ ਦਰਬਾਰ ਸਾਹਿਬ ਦਰਸ਼ਨ ਕਰਕੇ ਹੋਟਲ 'ਚ ਠਹਿਰੇ ਸੀ, ਆਦਮੀ ਕੋਈ ਬਾਹਰੋਂ ਆਏ ਸੀ, ਉਹਨਾਂ ਨੇ ਜਦੋਂ ਈ ਰਿਕਸ਼ਾ ਕੀਤਾ ਉੱਥੋਂ ਭਰਾਵਾਂ ਦੇ ਢਾਬੇ ਲਾਗੋਂ, ਉਦੋਂ ਹੀ ਰਿਕਸ਼ੇ ਵਾਲੇ ਨੇ ਕੰਨਾਂ ਨੂੰ ਫੋਨ ਲਾ ਲਿਆ। ਉਹ ਰਿਕਸ਼ੇ ਵਾਲਾ ਜਿਹੜਾ ਵਾ ਇੱਥੇ ਪੁਲ ਦੇ ਥੇਰੇ ਹਨੇਰੇ ਵਾਲੀ ਜਗ੍ਹਾ ਜਿਹੜੀ ਆ, ਜਿੱਧਰ ਦੀ ਟ੍ਰੈਫਿਕ ਦਾ ਜਿਹੜਾ ਬੰਦ ਆ, ਉੱਥੋਂ ਰੋਂਗ ਸਾਈਡ ਪਾ ਕੇ ਖੜ੍ਹ ਕੇ ਉੱਥੋਂ ਆਣ ਕੇ ਉਹਨਾਂ ਕੋਲ ਮੋਟਰਸਾਈਕਲਾਂ ਨੇ ਸਨੈਚਿੰਗ ਕੀਤੀ ਆ, ਜਿਹਦੇ ਸੰਬੰਧ 'ਚ ਕੇਸ ਰਜਿਸਟਰ ਕਰ ਦਿੱਤਾ ਵਾ, ਅਸੀਂ ਉਹਦੇ ਸੰਬੰਧ 'ਚ ਸਾਰਾ ਜਿਹੜਾ ਕਰ ਰਹੇ ਹਾਂ, ਪਰ ਉਹ ਚੈੱਕ ਕਰ ਰਹੇ ਜੀ, ਅਸੀਂ ਸਾਰੇ ਚੈੱਕ ਕਰ ਰਹੇ ਹਾਂ। ਐਕਚੁਲੀ ਗੱਲ ਹੈ ਵੀ ਜਿਹੜਾ ਈ ਰਿਕਸ਼ਾ ਵਾਲਾ ਉਹਨੂੰ ਅਸੀਂ ਟਰੇਸ ਕਰ ਰਹੇ ਹਾਂ, ਕਿਉਂਕਿ ਜਿਹੜੇ ਮਦਈ ਨੇ ਉਹਨਾਂ ਦੇ ਦੱਸਣ ਦਾ ਵੀ ਜਿਹੜਾ ਈ ਰਿਕਸ਼ੇ ਵਾਲਾ ਉਹਨੂੰ ਅਸੀਂ ਉਦੋਂ ਪੁਲ 'ਤੇ ਨਾਕਾ ਵੀ ਸੀ, ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਇੱਥੇ ਪੁਲਿਸ, ਤਾਂ ਉਹਨੇ ਕਹਿੰਦਾ ਨਹੀਂ 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 ਕੋਈ ਪੁਲਿਸ ਨਹੀਂ, ਤਾਂ ਉਹਨਾਂ ਨੂੰ ਹੋਟਲ ਤਾਰ ਆਇਆ ਜਾ ਕੇ। ਬਾਅਦ 'ਚ ਹੋਟਲ ਦੇ ਮਾਲਕ ਨੇ ਜਿਹੜੀ ਆ ਪੁਲਿਸ ਨੂੰ ਇੰਟੀਮੇਸ਼ਨ ਦਿੱਤੀ ਆ, ਇਹ ਜਿਹੜੇ ਈ ਰਿਕਸ਼ੇ ਨੇ ਇਹਨਾਂ ਦੇ ਕੋਈ ਨੰਬਰ ਨਹੀਂ ਹੈਗਾ, ਇਹਦੇ ਸੰਬੰਧ 'ਚ ਸਾਰਾ ਜਿਹੜਾ ਅਸੀਂ ਇਹ DC ਸਾਹਿਬ ਨਾਲ ਵੀ ਗੱਲ ਕੀਤੀ ਆ, ਅਤੇ ਸਾਰੇ ਧਿਆਨ 'ਚ ਲਿਆ ਕੇ ਇਹ ਜਿਹੜੇ ਅਨਆਥੋਰਾਈਜ਼ ਬਿਨਾਂ ਹੀ ਨੰਬਰਾਂ ਤੋਂ ਈ ਰਿਕਸ਼ੇ ਚੱਲ ਰਹੇ ਆ, ਇਹਨਾਂ ਨੂੰ ਅਸੀਂ ਇਹਨਾਂ ਦੇ ਕੋਈ ਕਰ ਰਹੇ ਹਾਂ ਇਹਨਾਂ ਦਾ ਪ੍ਰਬੰਧ। ਸੇਮ ਨਾਈਟ 'ਚ ਦੋ ਪੁਲਿਸ ਵਾਲਿਆਂ ਨੂੰ ਵੀ ਕੁੱਟਮਾਰ ਕੀਤੀ ਗਈ ਸਾਹਮਣੇ ਫੂਡ ਮਾਰਕੀਟ 'ਚ।
ਨਹੀਂ ਇਹ ਜਿਹੇ ਨਹੀਂ, ਉਹ ਕੋਈ ਮੁੰਡੇ ਆਏ ਨੇ, ਉਹ ਫਰੂਟ ਲੱਗੇ ਸੀ ਲੈਣ, ਉੱਥੇ ਪੀ ਸੀ ਆਰ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਨੇ ਉਹਨਾਂ ਨੂੰ ਉੱਥੋਂ ਕਰੋ, ਉਹ ਬੰਦੇ ਗੱਡੀ ਦੇ ਵਿੱਚ 5-6 ਜਾਣੇ ਸੀ, ਉਹ ਭੱਜ ਗਿਆ, ਉਹਦਾ ਨੰਬਰ ਅਸੀਂ ਕਰ ਲਿਆ ਟਰੇਸ। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ, ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, ਪੀਆਰ ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ 81 400 6 7000।